ਸਪਰਾਹ ਦੀ ਬੰਸਰੀ ਸਮੱਗਰੀ ਸਪਰਾਹ ਅਤੇ ਕੈਂਚੀ ਇੱਕ ਸਪਰਾਹ 'ਚੋਂ ਇੱਕ ਵੱਡਾ ਟੁਕੜਾ ਕੱਟੋ ਅਤੇ ਇੱਕ ਛੋਟਾ ਟੁਕੜਾ ਕੱਟੋ ਸਪਰਾਹ ਦੇ ਛੋਟੇ ਟੁਕੜੇ ਨੂੰ ਦਬਾ ਕੇ ਇਸਦੇ ਸਿਰੇ ਨੂੰ ਆਸੇ ਪਾਸਿਓਂ ਕੱਟ ਕੇ ਤਿੱਖਾ ਕਰੋ ਤਿੱਖੇ ਸਿਰੇ ਨੂੰ ਮੂੰਹ ਵਿੱਚ ਰੱਖ ਕੇ ਜ਼ੋਰ ਨਾਲ ਫੂਕ ਮਾਰੋ ਵੱਡੀ ਸਟਰਾਹ ਦਾ ਵੀ ਤਿੱਖਾ ਸਿਰਾ ਮੂੰਹ ਵਿੱਚ ਰੱਖੋ ਅਤੇ ਹਵਾ ਅੰਦਰ ਵੱਲ ਖਿੱਚੋ ਤੁਸੀਂ ਦੇਖੋ ਕਿ ਦੋਵੇਂ ਤਰ੍ਹਾਂ ਸੀਟੀ ਵੱਜਦੀ ਹੈ ਵੱਡੀ ਸਟਰਾਹ ਵਿੱਚ ਵੱਖ ਵੱਖ ਥਾਂ 'ਤੇ ਕੱਟ ਲਗਾ ਕੇ ਤੁਸੀਂ ਇਸ ਦੀ ਸ਼ਾਨਦਾਰ ਬੰਸਰੀ ਬਣਾ ਸਕਦੇ ਹੋ ਬੰਸਰੀ ਵਜਾਉਂਦੇ ਵਜਾਉਂਦੇ ਤੁਸੀਂ ਵੱਖ ਵੱਖ ਥਾਵਾਂ ਤੋਂ ਸਟਰਾਹ ਨੂੰ ਕੱਟ ਕੇ ਵੱਖ ਵੱਖ ਤਰ੍ਹਾਂ ਦੀਆਂ ਧੁਨੀਆਂ ਵਜਾ ਸਕਦੇ ਹੋ ਐਨਾ ਹੈਰਾਨੀਜਨਕ